ਉਹਨਾਂ ਸਿਰਫ ਪ੍ਰਮੋਸ਼ਨ ਲਈ ਤੇ ਬਾਲ ਐਨਕਾਊਂਟਰ ਕੀਤਾ ਫੜ ਕੇ ਮੁੰਡੇ ਮਾਰਿਆ ਇਹ ਵੀ ਕਹਿ ਸਕਦੇ ਸਰ ਕਿ ਮੇਰੇ ਪਾਕਿਸਤਾਨ ਨਾਲ ਸੰਬੰਧ ਸੀ ਇਹਦੇ ਜਿਹੜਾ ਸਿੱਖਿਆ ਉਹਦੇ ਪਾਕਿਸਤਾਨੀ ਸੰਬੰਧ ਨੂੰ ਦਿਆ ਚੀਨ ਜਾਂ ਨੇਪਾਲ ਜਾਂ ਹੋਰ ਕਿਸੇ ਦੇਸ਼ ਨਾਲ ਨਹੀਂ ਹੁੰਦਾ ਨੀਤ ਨੇ ਇੱਕ ਗਲਤੀ ਪਹਿਲਾਂ ਕੀਤੀ ਹੈ ਇਹ ਇਹ ਬੱਚੇ ਫੜੇ ਵੀ ਜਾ ਸਕਦੇ ਇਹਨਾਂ ਨੂੰ ਹਰ ਤਰੀਕੇ ਉੱਥੋਂ ਅਰੈਸਟ ਕੀਤਾ ਜਾ ਸਕਦਾ ਸੀ ਇਹ ਜਿਹੜੀ ਕਾਂਗਰਸ ਦੀ ਕਹਾਣੀ ਪੇਜ ਕੀਤੀ ਗਈ ਆ ਇਹ ਕਿਸੇ ਦੇ ਵੀ ਗੱਲ ਤੋਂ ਥੱਲੇ ਨਹੀਂ ਉਤਰਦੀ ਕੋਈ ਨਾ ਕੋਈ ਦਾਲ ਦੇ ਵਿੱਚ ਕਾਲਾ ਹੈ ਜੋ ਦੱਸਿਆ ਜਾ ਰਿਹਾ ਉਹ ਨਹੀਂ ਗੈਂਗਸਟਰ ਸ਼ਬਦ ਵਰਤ ਕੇ ਜਦੋਂ ਕਤਲ ਕੀਤਾ ਮਾੜੀ ਗੱਲ ਕੋਈ ਵੀ ਮਰਿਆ ਉਹ ਮਾਂ ਦਾ ਪੁੱਤ ਹੀ ਮਰਿਆ ਉਹ ਸਿਰਫ ਇਹੋ ਹੀ ਜਾਣਦੇ ਆ ਵੀ ਇਹਨੂੰ ਗੋਲੀ ਮਾਰੋ ਤੇ ਤਰੱਕੀ ਲਓ ਉਹਨਾਂ ਸਿਰਫ ਪ੍ਰਮੋਸ਼ਨ ਲਈ ਤੇ ਬਾਲ ਐਨਕਾਊਂਟਰ ਕੀਤਾ ਫੜ ਕੇ ਮੁੰਡੇ ਮਾਰਿਆ ਡੀਜੀਪੀ ਪੰਜਾਬ ਤਾਂ ਕਹਿ ਰਹੇ ਸੀ ਕਿ ਵੱਡੇ ਵੱਡੇ ਲਿੰਕ ਸੀ ਵੱਡੀ ਵੱਡੀ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣਾ ਚਾਹੁੰਦੇ ਸੀ ਪਾਕਿਸਤਾਨ ਦੇ ਨਾਲ ਜੁੜਿਆ ਉਹਨਾਂ ਨੇ ਹਰ ਇੱਕ ਨੂੰ ਇਹੋ ਹੀ ਕਹਿੰਦੇ ਆ ਜੀ ਇਹਦੂ ਵੀ ਜ਼ਿਆਦਾ ਕਹਿ ਸਕਦੇ ਆ ਇਹ ਤੇ ਮੇਰੇ ਵੀ ਕਹਿ ਸਕਦੇ ਵੀ ਮੇਰੇ ਪਾਕਿਸਤਾਨ ਨਾਲ ਸੰਬੰਧ ਸੀ ਇਹਦੇ ਜਿਹੜਾ ਸਿੱਖਿਆ ਉਹਦੇ ਪਾਕਿਸਤਾਨੀ ਸੰਬੰਧ ਨੂੰ ਦਿਆ ਚੀਨ ਜਾਂ ਨੇਪਾਲ ਜਾਂ ਹੋਰ ਕਿਸੇ ਦੇਸ਼ ਨਾਲ ਨਹੀਂ ਹੁੰਦਾ ਅਸੀਂ ਜਿੰਨੇ ਸਿੱਖੇ ਖਾਸ ਕਰ ਸਾਡੇ ਸਾਰਿਆਂ ਦੇ ਸੰਬੰਧ ਪਾਕਿਸਤਾਨ ਨੇ ਦੱਸੇ ਜਾਂਦੇ ਤੁਹਾਡਾ ਮਹਿਕਮਾ ਤੁਸੀਂ ਵਧੇਰੇ ਜਾਣਦੇ ਹੋ ਕੀ ਕਹੋਗੇ ਮਹਿਕਮੇ ਬਾਰੇ ਕੀ ਕਹੋਗੇ ਮੈਂ ਤੁਹਾਨੂੰ ਦੱਸਦਾ ਵੀ ਕੁਛ ਇੱਕ ਜਿਹੜੇ ਆ ਲੋਕ ਆ ਜਿਹੜੇ ਇੱਥੇ ਪ੍ਰਮੋਸ਼ਨਾਂ ਲੈਂਦੇ ਆ ਐਨਕਾਊਂਟਰ ਸਪੈਸ਼ਲਿਸਟ ਕਹਾਉਂਦੇ ਆ ਤੇ ਉਹਨਾਂ ਨੇ ਜਾ ਕੇ ਮਟੋਲ ਕਰਨ ਲੱਗ ਗਈ ਦੇਖੋ ਜੀ ਅਜੇ ਤੇ ਅਸੀਂ ਕੀਤਾ ਹੀ ਕੁਛ ਨੀ ਜਦੋਂ ਕਿ ਦੋ ਦਿਨ ਹੋ ਗਏ ਸੀ ਤੇ ਸਭ ਕੁਛ ਹੋ ਗਿਆ ਡੈਡ ਬੋਡੀ ਲਾਉਣ ਸਰਕਾਰ ਨਾਲ ਕੋਈ ਗੱਲ ਨਹੀਂ ਮੀਡੀਆ ਦੇ ਕਹਿਣ ਤੇ ਹੀ ਡੈਡ ਬੋਡੀ ਸਾਨੂੰ ਦਿੱਤੀ ਗਈ ਨਹੀਂ ਤੇ ਸਾਨੂੰ ਨਹੀਂ ਦਿੱਤਾ ਜਾਂਦਾ ਸੀ ਸਾਡਾ ਪਿੱਛਾ ਕੀਤਾ ਜਾਂਦਾ ਸੀ ਜਿੱਦਾਂ ਗੁਰਦੁਆਰੇ ਆਣ ਕੇ ਰਹੇ ਸ਼ਾਮ ਨੂੰ ਤੇ ਸਾਨੂੰ ਕਹਿੰਦੇ ਸੀ ਸਾਡੀ ਗੱਡੀ 'ਚ ਬਹਿ ਜਾਓ ਤੇ ਅਸੀਂ ਤੁਹਾਨੂੰ ਨਾ ਛੱਡ ਕੇ ਆਉਂਦੇ ਹਾਂ ਕਿ ਆਪਣੀ ਥਾਂ 'ਤੇ ਹੈ ਕਿ ਨਹੀਂ ਹੈ ਪਿੱਛਾ ਕੌਣ ਕਰ ਰਿਹਾ ਸੀ ਬੰਗਾਲ ਪੁਲਿਸ ਜਿੱਦਾਂ ਤੁਹਾਡੇ